ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਕਿ ਮਨਬੁੱਧੀ ਵਿਅਕਤੀ ਹੈ। ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ, ਮੈਂ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕੀਤਾ ਹੈ। ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਏ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ। ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਹ ਮੈਨੂੰ ਆਇਆ ਚਿੱਠੀ, ਮੈਂ ਹੀ ਉਦਘਾਟਨ ਕਰਨਾ ਸੀ, ਆਥੋਰਾਈਜ਼ਡ ਮੈਂ। ਕੱਲ ਮਾਨੂ ਕੇ ਬੀਬੀ ਕਰ ਗਈ ਧੱਕੇ ਨਾਲ ਉੱਥੇ, ਤੇ ਮੈਂ ਕਿਹਾ ਬੀਬੀ ਜੀ ਜੇ ਇੰਨਾ ਚਾਹ ਸੀ ਮੈਨੂੰ ਦੱਸ ਦਿੰਦੇ, ਮੈਂ ਤੁਹਾਨੂੰ ਆਪ ਨਾਲ ਲਿਆਉਂਦਾ ਜੀ। ਦੇਖੋ, ਰਵਨੀਤ ਸਿੰਘ ਬਿੱਟੂ ਦੇ ਬਾਰੇ ਮੈਂ ਕੁਝ ਕਹਾਂ ਤਾਂ ਮੈਨੂੰ ਲੱਗਦਾ ਕਿ ਉਹ ਮੇਰਾ ਸਮਾਂ ਖਰਾਬ ਕਰਨਾ ਹੋਏਗਾ। ਜਨਤਾ ਜਾਣ ਚੁੱਕੀ ਹੈ, ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਕਿ ਮਨਬੁੱਧੀ ਵਿਅਕਤੀ ਹੈ। ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹਦੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੀਦਾ, ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ। ਅਗਰ ਅਸੀਂ ਚੰਗੇ ਭਲੇ ਲੋਕ ਮਨਬੁੱਧੀ ਵਿਅਕਤੀਆਂ 'ਤੇ ਗੁੱਸਾ ਕਰਾਂਗੇ ਤਾਂ ਮੇਰਾ ਖਿਆਲ ਉਹ ਸਾਡੇ ਵਾਸਤੇ ਜਾਇਜ਼ ਨਹੀਂ ਹੈ। ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਣੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਅੱਤਵਾਦੀ ਕਹਿ ਦਿੱਤਾ। ਉਹ ਰਾਹੁਲ ਗਾਂਧੀ ਜਿਹਦੇ ਨਾਲ ਉਹ ਤਿੰਨ ਵਾਰੀ ਜਿਹਨਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਬੀਜੇਪੀ ਲਏਗੀ। ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫਿਰ ਉਸ ਮਨਬੁੱਧੀ ਵਿਅਕਤੀ ਨੂੰ ਬੀਜੇਪੀ ਨੇ ਨਹੀਂ ਲੈ ਕੇ ਜਾਣਾ ਸੀਗਾ। ਸੋ ਇਹੀ ਮਨਬੁੱਧੀ ਵਿਅਕਤੀ ਕਦੇ ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟ ਦਿੰਦਾ ਰਹਿੰਦਾ ਹੈ, ਇਸ ਤਰ੍ਹਾਂ ਦਾ ਆਦੀ ਹੈਗਾ। ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦਾ ਹੈ ਕਿ ਅੰਮ੍ਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਹੋਈ, ਕਦੇ ਉਹ ਕਹਿ ਦਿੰਦੇ ਹੈ ਕਿ ਨਹੀਂ ਮੈਂ ਅੰਮ੍ਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਂ ਪਿਓ ਨੂੰ ਮਿਲਣ ਵਾਸਤੇ, ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ, ਮੈਂ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕੀਤਾ ਹੈ, ਇਸ ਕਰਕੇ ਮੈਂ ਪਾਰਟੀ ਛੱਡੀ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ। ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ। ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਵਲੀ ਬੋਲਦਾ ਤੁਸੀਂ ਜਾਣਦੇ ਹੋ, ਕਦੇ ਉਹ ਦਬਕਾ ਮਾਰਦਾ ਕਿ ਮਨਰੇਗਾ ਦੇ ਹੁਣ ਕੰਮ ਕਿਵੇਂ ਚੱਲਣਗੇ, ਸਰਕਾਰ ਤਾਂ ਹੈ ਨਹੀਂ। ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਇਹ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ, ਇਹ ਚਲੇ ਜਾਣਗੇ। ਸੋ ਮੈਂ ਉਹਦੀ ਗੱਲ ਦਾ ਗੁੱਸਾ ਨਹੀਂ ਕਰਦਾ। ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਟੈਰੋਰਿਸਟ ਹੈ ਜਾਂ ਨਹੀਂ ਹੈ, ਇਹਦੇ 'ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਹੈ। ਇਹ ਅਕਸਰ ਹੀ ਬੀਜੇਪੀ ਦੇ ਚੰਦ 6-7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਹੈ। ਕੰਗਣਾ ਰਣੌਤ ਨੇ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ ਔਰ ਅੱਜ ਬ੍ਰਿਜ ਭੂਸ਼ਣ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ
ਵਿਨੇਸ਼ ਫੋਕਾਟ ਦਾ ਹੱਥ ਫੜੀ ਖੜਾ ਹੈ। ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਸਪਸ਼ਟ ਹੁੰਦਾ ਹੈ। ਬ੍ਰਿਜ ਭੂਸ਼ਣ ਨੇ ਜੋ ਕੁਕਰਮ ਕੀਤਾ, ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ 'ਤੇ ਲੱਗੇ ਸਨ, ਉਹ ਸਾਰੀ ਦੁਨੀਆ ਜਾਣਦੀ ਹੈ। ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ, ਹੱਥ ਫੜ ਲੈਣਾ, ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਂਦੇ ਹਾਂ, ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਂਦੇ ਹਾਂ, ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ। ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ, ਉਹਨਾਂ ਬਾਰੇ ਕੋਈ ਬਹੁਤਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ। ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਵੇਗੀ। ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ। ਰਾਹੁਲ ਗਾਂਧੀ ਦੀ ਦਿਨ ਬ ਦਿਨ ਲੋਕਪ੍ਰਿਯਤਾ ਵੱਧਦੀ ਜਾ ਰਹੀ ਹੈ। ਸੋ ਇਸ ਕਰਕੇ ਇਹ ਸਾਰੇ 5-4 ਬੰਦੇ ਆਪਣੇ ਆਪ ਨੂੰ ਇਹ ਜਚਾਉਣ ਲੱਗੇ ਪਏ ਆ ਕਿ ਅਸੀਂ BJP ਦੇ ਹਿਤੈਸ਼ੀ ਹਾਂ ਅਤੇ ਅਸੀਂ ਵੱਧ ਤੋਂ ਵੱਧ ਗੰਦਾ ਰਾਹੁਲ ਗਾਂਧੀ ਨੂੰ ਬੋਲਾਂਗੇ। ਨੱਥੇ ਗੱਲ ਕੌਣ ਕਹਿੰਦਾ ਇਲਾਜ ਦੀ ਲੋੜ ਹੈ? ਚਲੋ ਮੈਂ ਤਾਂ ਬੇਨਤੀ ਕਰਾਂਗਾ ਰਵਨੀਤ ਬਿੱਟੂ ਜੀ ਨੂੰ, ਸਾਡਾ ਇਲਾਜ ਤਾਂ ਜਿੱਥੋਂ ਕਹੋਗੇ ਕਰਾ ਲਾਂਗੇ। ਕਿਰਪਾ ਕਰਕੇ ਹਰ ਗੱਲ PM ਨੂੰ ਕਹੂੰਗਾ। PM ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ, ਕਮ ਸੇ ਕਮ ਆਓ ਆਪਾਂ ਇੱਥੇ AIIMS ਅਤੇ PGI ਦੀ ਗੱਲ ਕਰੋ। ਨਾਓ ਯੂ ਆਰ ਏ ਮਿਨਿਸਟਰ, ਐਵੇਂ ਟੈਰੋਰਿਸਟ ਕਹਿਤਾ ਸਾਨੂੰ ਪਾਗਲ ਕਹਿ ਦੇਗਾ ਤਾਂ ਕੋਈ ਗੱਲ ਨਹੀਂ ਹੈ। ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾਏਗਾ ਤਾਂ। ਪਰ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਵਾਲੀ, ਹਰ ਗੱਲ PM ਤੱਕ ਪਹੁੰਚਾ ਦਿੰਦੇ ਹੋ, ਗੱਲ ਕਹਿ ਦਿੰਦੇ ਹੋ। ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ 'ਚ, ਹੁਣ ਤੁਹਾਨੂੰ ਮੰਤਰੀ ਬਣ ਗਏ ਹੋ ਤੁਸੀਂ। 10 ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲ ਤਾਕਤ ਨਹੀਂ ਸੀ, ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ। ਹੁਣ ਤੁਹਾਡੇ ਕੋਲ 100% ਤਾਕਤ ਹੈ। ਨਾਓ ਯੂ ਆਰ ਏ ਮਿਨਿਸਟਰ ਇਨ ਸੈਂਟਰ ਗਵਰਨਮੈਂਟ, ਰਾਈਟ? ਹਰ ਗੱਲ PM 'ਤੇ ਆਪ ਤੁਸੀਂ ਗ੍ਰਹਿ ਮੰਤਰੀ ਨੂੰ ਦੱਸ ਸਕਦੇ ਹੋ। ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮਨਗਰ ਦਾ ਰੇਲ ਮੰਤਰੀ ਤੋਂ। ਉਹ ਵਿਚਾਰੇ ਤੰਗ ਹੋਏ ਪਏ ਆ ਉੱਥੇ, ਚੀਕਾਂ ਮਾਰਦੇ ਆ, ਮੈਂ ਰੀਪ੍ਰੈਜੈਂਟੇਸ਼ਨ ਦੇ ਕੇ ਆਇਆ। ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ, PGI ਲੈ ਕੇ ਆਓ, ਇੱਥੇ ਕੋਈ ਨਵੀਂ ਟ੍ਰੇਨ। ਇੱਕ ਦਿਨ ਮਨ ਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤਖ਼ਤ ਦਮਦਮਾ ਸਾਹਿਬ ਤੋਂ ਨਵੀਂ ਟ੍ਰੇਨ ਕੱਢਾਂਗਾ। ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ, ਜਦੋਂ ਹਜੇ ਬਣੇ ਨਹੀਂ ਸੀ। ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ, ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾ ਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿ ਲੈਂਡ ਐਕੁਜੀਸ਼ਨ ਪੰਜਾਬ ਸਰਕਾਰ ਕਰਕੇ ਦੇਵੇਗੀ ਅਤੇ ਉਦੋਂ ਬਾਅਦ ਅੱਧਾ ਖਰਚਾ ਉਹ ਚੱਲੇਗੀ, ਇਹ ਪਤਾ ਹੀ ਨਹੀਂ ਸੀਗਾ। ਸੋ ਮੇਰੇ ਕਹਿਣ ਦਾ ਮਤਲਬ ਬਹੁਤਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ, ਅਤੇ ਮੈਨੂੰ ਤਾਂ ਉਹਦੇ 'ਤੇ ਤਰਸ ਆਉਂਦਾ ਮੈਨੂੰ, ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ, ਕੋਈ ਮੈਨੂੰ ਗੁੱਸਾ ਨਹੀਂ ਆਉਂਦਾ। ਇੱਕ ਅੱਧੀ ਵਾਰੀ ਹੋਰ ਜੇ ਟੈਰੋਰਿਸਟ ਕਹਿਣਾ, ਜੇ ਮੈਨੂੰ ਵੀ ਕਹਿਣਾ ਤਦ ਵੀ ਕਹਿ ਲਾ, ਕੋਈ ਫਰਕ ਨਹੀਂ ਪੈਂਦਾ। ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਦੀ ਜਾਣਕਾਰੀ। ਸੋ ਭਾਈ ਕੌਣ ਅਸਤੀਫਾ ਦੇ ਰਿਹਾ ਜਾਂ ਨਹੀਂ ਦੇ ਰਿਹਾ, ਇਹ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਪੁੱਛੋ ਵੀ ਕਿਉਂ ਅਸਤੀਫਾ ਦੇ ਰਿਹਾ ਜਾਂ ਨਹੀਂ ਦੇ ਰਹੇ। ਇਹਦੇ ਬਾਰੇ ਰਾਜਾ ਵੜਿੰਗ ਤੁਹਾਨੂੰ ਕੀ ਦੱਸੇ ਵੀ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਰਹੇ? ਹਰਿਆਣੇ ਦੇ ਵਿੱਚ ਇਫ ਯੂ ਫੀਲ ਲਾਈਕ ਗਿਵਿੰਗ ਅਸਤੀਫਾ ਤੋ ਹੀ ਸ਼ੁੱਡ ਗਿਵ ਦਾ ਅਸਤੀਫਾ। ਦੇਖੋ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ, ਇੱਕ ਦੋ ਵਾਰ ਪਹਿਲਾਂ ਵੀ ਉਹਨਾਂ ਨੇ ਅਸਤੀਫਾ ਦਿੱਤਾ,
ਫਿਰ ਉਹ ਚੀਫ ਮਿਨਿਸਟਰ ਦੀ ਕੁਰਸੀ 'ਤੇ ਜਾ ਕੇ ਬੈਠਾ। ਕਈ ਪੋਲੀਟ ਇੱਕ ਮਿੰਟ ਪਹਿਲਾਂ ਮੈਨੂੰ ਇਹ ਮੈਂ ਵੀ ਦੱਸ ਦਿੰਦਾ, ਕਈ ਪੋਲੀਟੀਕਲ ਬੰਦੇ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਆ ਕੋਈ ਨਵੀਂ ਆਪਦੀ ਗੱਲ ਕਰਨ ਦੇ ਮਾਰੇ। ਆਈ ਡੋਂਟ ਨੋ, ਯੂ ਕੈਨ ਆਸਕ ਅਰਵਿੰਦ ਕੇਜਰੀਵਾਲ। ਸੁਣੋ ਕੀ ਹੋ ਰਿਹਾ ਹੈ ਗਿੱਦੜਬਾਹ ਦੇ ਅੰਦਰ, ਕੀ ਹੋ ਰਿਹਾ ਹੈ ਜਿਮਨੀ ਚੋਣ ਦੇ ਵਿੱਚ, ਕਿ ਮਨਪ੍ਰੀਤ ਬਾਦਲ ਉੱਥੇ ਘੁੰਮ ਰਿਹਾ ਹੈ ਅਤੇ ਸੁਖਬੀਰ ਬਾਦਲ, ਉਹ ਦੋਨੋਂ ਆਪਸ ਵਿੱਚ ਰਲੇ ਹੋਏ ਹੈ। ਮੈਂ 2019 ਦਾ ਇਹ ਰੌਲਾ ਪਾ ਰਿਹਾ, ਉਹ ਬੀਜੇਪੀ 'ਚ ਪਹਿਲਾਂ ਇਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ, ਪਹਿਲਾਂ ਕਾਂਗਰਸ ਲੁੱਟੀ ਅਤੇ ਅਮਰਿੰਦਰ ਸਿੰਘ ਅਤੇ ਬਾਦਲਾਂ ਦਾ ਜਿਹੜਾ ਗੰਢ ਧੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀਗੀ, ਇਸੇ ਮਨਪ੍ਰੀਤ ਨੇ ਉਹ ਕਰਾਈ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਹੋਰਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਨ ਵਾਸਤੇ। ਹੁਣ ਉਹ ਬੀਜੇਪੀ 'ਚ ਚਲਾ ਗਿਆ, ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨੇ ਹੀ ਭੇਜਿਆ, ਬਲਕਿ ਤੁਸੀਂ ਬੀਜੇਪੀ ਸੰਭਾਲੋ ਸੈਂਟਰ ਸੁੰਟਰ, ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮ ਦਾਮ ਦਿੱਲੀ ਤੱਕ ਚੱਲਦਾ ਰਹੇਗਾ, ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੋਈ। ਹੁਣ ਕੀ ਹੋਇਆ, ਇੱਕ ਸਾਜਿਸ਼ ਦੇ ਤਹਿਤ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਕਰ ਦਿੱਤਾ ਗਿਆ। ਤਨਖਾਹੀਆ ਕਰਾਰ ਕਿਸੇ ਨੇ ਨਹੀਂ ਕੀਤਾ, ਉਹਨਾਂ ਨੇ ਆਪ ਕਰਾਇਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਆਦੇਸ਼ ਦਿੰਦੇ ਹੈ। ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਉਹਨਾਂ ਦਾ ਤੋਤਾ ਹੈ, ਜਦੋਂ ਜੋ ਬੁਲਾਉਣਾ ਹੋਵੇ ਬੁਲਾ ਲੈਂਦੇ। ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਹਾਂ। ਅਚਨਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ, ਅਚਨਚੇਤ ਹੁਣ ਉਹਨਾਂ ਨੇ ਮਾਫ਼ੀਨਾਮਾ ਭੇਜਤਾ, ਉਹ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਮੈਂ ਕਿਹਾ ਹੁਣ ਅਚਨਚੇਤ ਇਹ ਗੱਲ ਆਏਗੀ ਕਿ ਇਹਨਾਂ ਨੂੰ 2 ਸਾਲ ਚੁਣਾਵ ਨਹੀਂ ਲੜਨ ਦਿਆਂਗੇ, ਜਾਂ ਤਾਂ ਤਨਖਾਹੀਆ ਕਰਾਰ, ਜੁੱਤੇ ਸਾਫ਼ ਅਸੀਂ ਰੋਜ਼ ਕਰਦੇ ਹਾਂ, ਭਾਂਡੇ ਅਸੀਂ ਰੋਜ਼ ਮਾਜਦੇ, ਇਹ ਕਾਹਦੀ ਤਨਖਾਹ ਹੈ, ਇਹ ਤਾਂ ਸੇਵਾ ਹੈ। ਸੋ 2 ਸਾਲ ਨਹੀਂ, ਜਾਂ ਤਾਂ 6 ਸਾਲਾਂ ਵਾਸਤੇ ਇਹਨਾਂ ਨੂੰ ਕਹੋ ਵੀ ਇਹ ਚੁਣਾਵ ਨਹੀਂ ਲੜਨਗੇ। ਇਹ ਅੰਦਰ ਹੀ ਅੰਦਰ ਇੱਕ ਸਾਜਿਸ਼ ਚੱਲ ਰਹੀ ਹੈ, ਇਹ ਬਾਏ ਇਲੈਕਸ਼ਨ ਤੋਂ ਬਚਣ ਵਾਸਤੇ ਚੱਲ ਰਹੀ ਹੈ। ਮੈਂ ਉਹਨਾਂ ਨੂੰ ਇਹ ਕਿਹਾ, ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਵੀ ਯਾਰ ਤੁਸੀਂ ਲੜੇ ਨਹੀਂ ਲੜਦੇ ਨਹੀਂ। ਮੈਂ ਕਿਹਾ ਜੇ ਸੁਖਬੀਰ ਬਾਦਲ ਚੁਣਾਵ ਲੜੇ ਇੱਕ, ਮੈਂ ਕਿਹਾ ਵੀ ਸ਼ਾਇਦ ਇਸ ਗੱਲ 'ਤੇ ਹੀ ਆ ਜੇ, ਜੇ ਸੁਖਬੀਰ ਬਾਦਲ ਚੁਣਾਵ ਲੜੇ ਅਤੇ ਉੱਧਰੋਂ ਮਨਪ੍ਰੀਤ ਬਾਦਲ ਚੁਣਾਵ ਲੜੇ ਤਾਂ ਫਿਰ ਰਾਜਾ ਵੜਿੰਗ ਆ ਕੇ ਮੈਦਾਨ ਦੇ ਵਿੱਚ, ਕਿਉਂਕਿ ਉਹਦਾ ਕਾਰਨ ਇਹ ਹੈ, ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ, ਪਹਿਲਾਂ ਸੁਣੋ, ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਕੋਈ ਅਸਤੀਫਾ ਨਹੀਂ ਦੇਣ ਵਾਲਾ। ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ, ਮੈਨੂੰ ਬੜਾ ਪਿਆਰ ਦਿੱਤਾ ਹੈ, ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹਾਂ, ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕਰਨੀ ਆਪਦਾ ਜਿਹੜਾ ਉਹਨਾਂ ਨੇ। ਪਰ ਹਾਂ, ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਕਿ ਵਿਰੋਧੀ ਧਿਰ ਵਾਲਾ ਜਿਹੜਾ ਭੱਜਣ ਵੀ ਉਹ ਭੱਜ ਨਾ ਜਾਵੇ ਮੈਦਾਨ 'ਚੋਂ, ਵੀ ਆ ਬਈ ਮੈਦਾਨ ਦੇ ਵਿੱਚ ਚੁਣਾਵ ਲੜੋ। ਸੋ ਇਹਦਾ ਕਹਿੰਦਾ ਜਿਵੇਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ, ਉਹਨਾਂ ਨੇ ਇਹ ਥੋੜ੍ਹੀ ਕਿਹਾ ਕਿ ਸਿੱਖ ਨੂੰ ਇਜਾਜ਼ਤ ਨਹੀਂ ਅਤੇ ਫਲਾਂ, ਉਹਨਾਂ ਨੇ ਇਹ ਕਿਹਾ ਕਿ ਬਈ ਇਹ ਕੜਾ ਆਪਕੀ ਮਰਜ਼ੀ ਹੈ, ਪਹਿਨੋ ਤੁਸੀਂ, ਪਾਓ ਭਾਵੇਂ ਨਾ ਪਾਓ, ਇਹ ਤੁਸੀਂ ਦੇਖਣਾ। ਸਿੱਖ ਪੱਗ ਬੰਨੇ, ਕੋਈ ਟੋਪੀ ਲਵੇ, ਕੋਈ ਜੋ ਮਰਜ਼ੀ ਕਰੇ, ਹਰ ਵਿਅਕਤੀ ਦਾ ਹਰ ਪਹਿਰਾਵਾ ਹੈ। ਸੋ ਕੱਲ੍ਹ ਨੂੰ ਤੁਹਾਨੂੰ ਹੋ ਸਕਦਾ ਕਿ ਦੇਸ਼ ਦੇ ਅੰਦਰ ਇਸ ਗੱਲ ਦੀ ਇਜਾਜ਼ਤ ਲੈਣੀ ਪਵੇ, ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ। ਸੋ ਇਹ ਉਸ ਗੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਦੀ ਉਹ ਕਰਨੀ ਪਊਗੀ। ਸੋ ਦਿਸ ਇਜ਼
ਇਹ ਉਹਰੇ ਕੰਟੈਸਟ ਦੇ ਵਿੱਚ ਗੱਲਾਂ ਕਹੀਆਂ। ਹਾਂਜੀ ਸਰ, ਗੋਡੇ ਨਾਲੇ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ 15 ਸਤੰਬਰ ਦਾ ਸਮਾਂ ਉਹ ਕਿਸੇ ਸਮੇਂ ਵੀ ਕਹਿੰਦੇ ਬੰਨ ਲਗਾਇਆ ਜਾ ਸਕਦਾ ਵਾ, ਕਿਤੇ ਨਾ ਕਿਤੇ ਕੈਂਸਰ ਦੀ ਵੱਡੀ ਬਿਮਾਰੀ, ਕੈਂਸਰ ਹੋ ਗਿਆ। ਦੇਖੋ ਗੱਲ ਬੰਨ ਲਾਉਣ ਦੀ ਨਹੀਂ ਹੈ, ਬੰਨ ਲਾਉਣ ਨਹੀਂ ਹੈ, ਗੱਲ ਬੰਨ ਲਾਉਣ ਜਾਣ ਨੂੰ ਖੋਲਣ ਦੀ ਨਹੀਂ ਹੈ। ਗੱਲ ਬੁੱਢੇ ਨਾਲੇ 'ਚ ਜਿਹੜਾ ਇਹ ਮਟੀਰੀਅਲ ਜਾਂ ਉਹਦੇ 'ਚ ਗੰਦਗੀ ਆ ਰਹੀ ਹੈ, ਜਿਹੜਾ ਇਹ ਮੈਟਲ ਆ ਰਿਹਾ ਉਹਦੇ ਵਿੱਚ, ਜਾਂ ਕੱਚਾ ਸੀਵਰੇਜ ਦਾ ਪਾਣੀ ਆ ਰਿਹਾ, ਕੈਮੀਕਲਸ ਆ ਰਿਹਾ, ਡਾਇੰਗ ਇੰਡਸਟਰੀ ਦਾ ਕੋਈ ਜਾਂ ਕਿਸੇ ਵੀ ਇੰਡਸਟਰੀ ਦਾ ਕੋਈ ਗੰਦਗੀ ਆ ਰਹੀ ਹੈ, ਇਹਨੂੰ ਰੋਕਣ ਦੀ ਹੈ। ਅਲਟੀਮੇਟਲੀ ਧਰਤੀ ਦੇ ਪਾਣੀ ਗੰਦਾ ਹੋ ਰਿਹਾ ਇੰਡਸਟਰੀ ਦੇ ਨਾਲ, ਚਾਹੇ ਕੋਈ ਬੋਰਿੰਗ ਕਰਕੇ ਪਾ ਰਿਹਾ, ਕੋਈ ਸਿੱਧਾ ਪਾ ਰਿਹਾ, ਕੋਈ ਬੁੱਢੇ ਨਾਲੇ ਦੇ ਥਰੂ ਪਾ ਰਿਹਾ। ਗੱਲ ਇਹਨੂੰ ਠੀਕ ਕਰਨ ਦੀ ਹੈ। ਇਹਦੇ 'ਤੇ ਮੈਂ ਇੱਕ ਦੋ ਵਾਰੀ ਮਿਨਿਸਟਰ ਸਾਹਿਬ ਨੂੰ ਮਿਲਿਆ ਹਾਂ। ਇਹਦੇ 'ਤੇ ਮੁਕੰਮਲ ਤੌਰ 'ਤੇ ਹੁਣ ਨਵੇਂ ਡਿਪਟੀ ਕਮਿਸ਼ਨਰ ਆ ਗਏ, ਇਹਦੀ ਸਾਡੀ ਮੀਟਿੰਗ ਰੱਖੀ ਗਈ ਸੀ, ਅਸੀਂ ਉਹਨਾਂ ਨਾਲ ਇਹ ਗੱਲ ਕਰਕੇ ਇਹਦੇ 'ਤੇ ਸਟਰੋਂਗ ਸਟੈਪ ਲੈ ਕੇ ਇਹਦੀ ਲੜਾਈ, ਕਿਉਂਕਿ ਇਹ ਅਸੀਂ ਆਪਦੇ ਮੈਨੀਫੈਸਟੋ 'ਚ ਵੀ ਪਾਇਆ ਸੀ, ਇਹ ਕੋਈ ਜਲਦਬਾਜ਼ੀ ਨਹੀਂ ਹੈ। ਬਹੁਤ ਸਾਰੇ ਕਹਿੰਦੇ ਇਹਦਾ ਹੱਲ ਇਹ ਉੱਥੇ ਮਿੱਟੀ ਪਾ ਦਿੰਦੇ ਹਾਂ, ਬੰਨ ਲਾ ਦਿੰਦੇ ਹਾਂ। ਅਲਟੀਮੇਟਲੀ ਸਾਨੂੰ ਕੋਈ ਨਾ ਕੋਈ ਇਹਦਾ ਮੁਕੰਮਲ ਹੱਲ ਕੱਢਣਾ ਪਏਗਾ, ਜਿਹਦੇ ਨਾਲ ਦੋਨੋਂ ਸਰਕਾਰਾਂ, ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਨਾਲ ਸਾਡੇ ਲੁਧਿਆਣੇ ਦੇ ਇੰਡਸਟਰੀਅਲਿਸਟ ਅਤੇ ਨਾਲ ਸਾਡੀਆਂ ਬਹੁਤ ਸਾਰੀਆਂ ਹੋਰ ਜਿਹੜੇ ਉੱਥੇ ਲੋਕਾਂ ਦਾ ਉਹਦੇ 'ਚ ਆ ਰਿਹਾ। ਸੋ ਇਹਦੇ 'ਤੇ 100% ਬੁੱਢੇ ਨਾਲੇ ਦਾ ਮਸਲਾ ਅਸੀਂ ਆਉਣ, ਹਾਲਾਂਕਿ ਦੋਵੇਂ ਥਾਂ 'ਤੇ ਸਾਡੀ ਸਰਕਾਰ ਨਹੀਂ ਹੈ, ਲੇਕਿਨ ਰਾਜਾ ਵੜਿੰਗ ਇਸ ਗੱਲ 'ਚ ਤੱਤਪਰ ਹੈ। ਇਹਨੂੰ 100% ਠੀਕ ਕਰਨ ਦਾ ਕੰਮ, ਬੁੱਢੇ ਨਾਲੇ ਦੀ ਸਾਫ਼ ਦਾ ਕੰਮ ਅਸੀਂ ਜ਼ਰੂਰ ਕਰਾਂਗੇ, ਪਰ ਮੈਂ ਉਤੇਜਨਾ ਚਾਹ ਕੇ ਇੱਧਰ ਉਹ ਪਾ ਦਿਆਂ, ਉਹ ਮੇਰਾ ਕੰਮ। ਟਾਈਮ ਕਾਂਗਰਸ ਪਾਰਟੀ ਦੀ ਹਾਈਕਮਾਂਡ ਫੈਸਲਾ ਕਰੇਗੀ ਕਿ ਕੌਣ ਚੁਣਾਵ ਲੜੇਗਾ। ਵਾਰੀ ਵਾਰੀ ਨਸ਼ੇ ਦੇ ਹਾਲਾਤ ਤਾਂ ਪੁੱਛਣ ਦੀ ਲੋੜ ਹੀ ਨਹੀਂ ਹੈ, ਦੁਨੀਆ ਜਾਣਦੀ ਹੈ ਨਸ਼ੇ ਦੇ ਹਾਲਾਤ। ਅਸੀਂ ਕੱਲ੍ਹ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਲਾਅ ਐਂਡ ਆਰਡਰ 'ਤੇ ਨਸ਼ਿਆਂ 'ਤੇ ਅਸੀਂ ਪੂਰੇ ਪੰਜਾਬ ਦੇ 117 ਦੇ 17 ਹਲਕਿਆਂ ਦੇ ਵਿੱਚ ਤਕਰੀਬਨ ਅਸੀਂ DSP ਦੇ ਬਾਹਰ ਦਫ਼ਤਰਾਂ ਦੇ ਧਰਨੇ ਕਰ ਰਹੇ ਹਾਂ, ਤਾਂ ਜੋ ਪੰਜਾਬ ਦੇ ਜੋ ਹਾਲਾਤ ਆ, ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਸਤਰ 'ਤੇ ਕਰਾਂਗੇ, ਔਰ ਉਸ ਤੋਂ ਬਾਅਦ ਅਸੀਂ ਪ੍ਰਦੇਸ਼ ਸਤਰ 'ਤੇ ਜਾ ਕੇ ਚੀਫ ਮਿਨਿਸਟਰ ਨੂੰ ਘੇਰਨ ਦਾ ਕੰਮ। ਮੈਂ ਤਾਂ ਕਹਿੰਦਾ ਪਰਚਾ ਇੱਕ ਵੀ ਦਰਜ ਕਰੋ, ਪਰਚੇ ਦਰਜ ਕਰਨ ਦਾ ਮਤਲਬ ਨਹੀਂ ਹੈ। ਨਸ਼ਾ ਕਿੱਦਾਂ ਖਤਮ ਹੋਏਗਾ ਇਹਦੇ ਵਾਸਤੇ ਤਜਵੀਜ਼ ਲੈ ਕੇ ਆਓ। ਆਏ ਵਾਰੀ ਵਿਧਾਨ ਸਭਾ 'ਚ ਮੁੱਖ ਮੰਤਰੀ ਜਿਹੜਾ ਖੜਾ ਹੁੰਦਾ ਸੀ ਗਿਣਾ ਦਿੰਦਾ, ਅਸੀਂ 40,000 ਪਰਚਾ ਦਰਜ ਕਰਤਾ, 6,800 ਬੰਦਾ ਫੜ ਲਿਆ। ਵੋਟ ਇਜ਼ ਦਿਸ ਨੋਨਸੈਂਸ, ਲੋਕਾਂ ਨੂੰ ਬੇਵਕੂਫ ਬਣਾਉਣੇ ਹੋ। ਸਾਨੂੰ ਕੋਈ ਮਤਲਬ ਨਹੀਂ, ਇੱਕ ਵੀ ਪਰਚਾ ਨਾ ਕਰੇ ਪੰਜਾਬ ਪੁਲਿਸ। ਇਹ ਤਾਂ ਹੀ ਵਾਰੀ ਵਾਰੀ ਸੁਖਚੈਨ, ਇਹ ਤਾਂ ਹੀ ਪ੍ਰੈਸ ਕਾਨਫਰੰਸ ਕਰਦੀ ਹੈ ਪੁਲਿਸ, ਪੁਲਿਸ ਨਾਕਾਮਯਾਬ ਹੈ। ਇੱਕ ਵੀ ਪਰਚਾ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ, ਪਰ ਨਸ਼ਾ ਨਹੀਂ ਵਿਕਣਾ ਚਾਹੀਦਾ। ਇਹਦਾ ਤੋੜ ਦੱਸੋ ਸਾਨੂੰ, ਇਹ ਕੀ ਦੱਸਦੇ ਹੋ ਤੁਸੀਂ ਵੀ ਅਸੀਂ 40,000 ਪਰਚਾ ਦਰਜ ਕਰਤਾ, ਨਸ਼ਾ 4 ਗੁਣੇ ਵੱਧ ਗਿਆ, ਨਹੀਂ ਵਧਿਆ ਤੁਸੀਂ ਦੱਸ ਦਿਓ, ਪੱਤਰਕਾਰ ਸਾਥੀ ਦੱਸੋ। ਇਹਦੇ 'ਤੇ ਗੰਭੀਰਤਾ ਦੇ ਨਾਲ ਇਹ ਸਾਰੀਆਂ ਸਰਕਾਰਾਂ ਦੇ ਵਿੱਚ, ਲੇਕਿਨ ਇਹ ਸਰਕਾਰ 'ਚ ਜਮ੍ਹਾਂ ਨਿਕੰਮਾ ਹੋ ਗਿਆ ਕੰਮ। ਨਸ਼ਾ ਅਕਾਲੀ ਦਲ ਨੇ ਸ਼ੁਰੂ ਕੀਤਾ ਸੀ, ਅਕਾਲੀ ਦਲ ਤੋਂ ਸ਼ੁਰੂ ਹੋ ਕੇ ਨਸ਼ਾ ਸਾਡੀ ਸਰਕਾਰ ਵੇਲੇ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਅਸੀਂ ਰੋਕ ਨਹੀਂ ਪਾਏ। ਸੱਚੀ ਗੱਲ ਕਰਨੀ ਚਾਹੀਦੀ, ਹੁਣ ਤਾਂ 4 ਗੁਣੇ ਨਸ਼ਾ ਵੱਧ ਗਿਆ।
ਇਹਦੇ 'ਤੇ ਬਿਲਕੁਲ ਸਾਨੂੰ ਡਿਬੇਟ ਰੱਖਣੀ ਚਾਹੀਦੀ ਹੈ ਪੰਜਾਬ ਦੀ ਵਿਧਾਨ ਸਭਾ 'ਚ, ਘੱਟੋ ਘੱਟ 4 ਦਿਨ ਇਕੱਲੇ ਨਸ਼ੇ ਦੇ ਉੱਪਰ ਤਾਨੇ ਨਹੀਂ ਮਿਲਣੇ ਚਾਹੀਦੇ। ਇੱਧਰ ਲਾ ਕੇ ਇਹ ਜਾਂਦਾ ਜੀ ਅਸੀਂ ਇਹ ਥੋੜ੍ਹੀ ਸਰਕਾਰ ਮਿਲਦਾ, ਅਸੀਂ 40,000 ਪਰਚੇ ਕਰਤੇ, ਇਹਦਾ ਕੋਈ ਪੁਖਤਾ ਹੱਲ ਕੱਢਣਾ ਪਏਗਾ ਸਾਨੂੰ, ਇਹਦਾ ਆਲਟਰਨੇਟਿਵ ਸੋਚਣਾ ਪਏਗਾ ਕਿ ਅਸੀਂ ਇਸ ਸਿੰਥੈਟਿਕ ਡਰੱਗ ਦਾ ਕੀ ਆਲਟਰਨੇਟਿਵ ਦਿੰਦੇ ਹੋ। ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ, ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ, ਇਹਦਾ ਮੁੱਖ ਕਾਰਨ ਜਿਹੜਾ ਸਿੰਥੈਟਿਕ ਡਰੱਗ ਹੈ ਜਿਹਦੇ ਨਾਲ ਮੌਤਾਂ ਹੁੰਦੀਆਂ, ਕੋਈ ਨਾ ਕੋਈ ਜਿਹੜੇ ਪੁਰਾਣੇ ਲੋਕ ਸੀਗੇ ਉਹ ਆਹ ਅਫੀਮ ਜਾਂ ਚੂਰਾ ਪੋਸਟ ਖਾਂਦੇ ਖੁੰਦੇ ਸੀਗੇ। ਸੋ ਮੈਨੂੰ ਲੱਗਦਾ ਕਿ ਇਹਦੇ ਬਾਰੇ ਚਰਚਾ ਕਰਨ ਦੀ ਲੋੜ ਹੈ, ਔਰ ਚਰਚਾ ਕਰਕੇ ਸਾਰੀਆਂ ਪਾਰਟੀਆਂ ਐਮੀਕੇਬਲੀ ਇਸ ਮੁੱਦੇ ਦੇ ਉੱਤੇ ਨਾ ਇਸ਼ੂ ਬਣਾਉਂਦੇ ਹੋਏ, ਨਾ ਕਿਸੇ ਨੂੰ ਭੰਡਦੇ ਹੋਏ, ਸਾਨੂੰ ਇਹਦੇ ਉੱਤੇ ਕੰਮ ਕਰਕੇ ਇਹਦਾ ਕੋਈ ਪੁਖਤਾ ਹੱਲ ਕੱਢਣਾ ਚਾਹੀਦਾ। ਤੁਸੀਂ ਰਣਨੀਤੀ ਕੀ ਦੇਖੋ, ਰਣਨੀਤੀ ਸਾਡੇ ਕੋਲ 1.5 ਸਾਲ ਕੋਈ ਰਣਨੀਤੀ ਨਹੀਂ ਹੈ, ਸਾਡੇ ਕੋਲ 1.5 ਸਾਲ ਲੜਾਈ ਹੈ ਸੜਕਾਂ 'ਤੇ। ਰਣਨੀਤੀ ਅਸੀਂ ਦੱਸਾਂਗੇ ਜਦੋਂ ਅਸੀਂ ਸਰਕਾਰ 'ਚ ਆਏ ਕਿ ਇਸ ਮਸਲੇ ਦਾ ਹੱਲ ਕਿੱਦਾਂ ਇੱਦਾਂ ਕਰਕੇ ਦਿਆਂਗੇ। ਅੱਜ ਦੀ ਗੱਲ ਹੈ, ਅੱਜ ਤਾਂ ਅਸੀਂ ਸੜਕਾਂ 'ਤੇ ਲੜਾਈ ਲੜ ਰਹੇ ਹਾਂ। ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਪੁਲਿਸ ਵਾਲੇ ਨੇ ਇੰਟਰਵਿਊ ਕਰਾਈ, ਸਿੱਟ ਨੇ ਦੱਸਤਾ ਕਿ ਫਲਾਂ ਆਫਿਸਰ ਜਿਹੜੇ ਹੈ ਇਹਨਾਂ ਨੇ ਇੰਟਰਵਿਊ ਕਰਾਈ, ਇਹ ਮੌਜੂਦ ਸਨ, ਇਹਨਾਂ ਨੂੰ ਪਤਾ ਸੀ, ਉਹਨਾਂ ਦੀਆਂ ਲੋਕੇਸ਼ਨਾਂ ਸਿੱਟ ਨੇ ਟਰੇਸ ਕਰ ਲਈਆਂ ਗਈਆਂ ਸਭ ਕੁਛ, ਲੇਕਿਨ ਉਹਨਾਂ ਅਫਸਰਾਂ 'ਤੇ ਕੋਈ ਕਾਰਵਾਈ ਨਹੀਂ। ਤੁਸੀਂ ਨਹੀਂ ਸਮਝਦੇ ਕਿ ਉਹਨਾਂ ਆਫਿਸਰਸ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਵਰਗੇ ਦੀ ਬੈਠ ਕੇ ਪ੍ਰੈਸ ਮੀਡੀਆ ਟ੍ਰਾਇਲ ਹੀ ਕਰਾਤਾ, ਸਾਰਾ ਮੀਡੀਆ ਨੂੰ ਇੰਟਰਵਿਊ ਦਵਾ ਦਿੱਤਾ। ਮੈਨੂੰ ਲੱਗਦਾ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਉਸ ਵੇਲੇ ਸਰਕਾਰਾਂ ਕਿਉਂਕਿ ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਫਿਗਰ ਸੀਗਾ, ਉਹਦੀ ਚਰਚਾ ਬੜੀ ਹੋ ਰਹੀ ਸੀ, ਇਹ ਸਾਰੀ ਚੀਜ਼ ਡਾਈਵਰਟ ਕਰਨ ਦੇ ਬਾਰੇ, ਕਿਉਂਕਿ ਉਹਨੇ ਕਿਹਾ ਮੈਂ ਗਊ ਮਾਤਾ ਦੀ ਗੱਲ ਕੀਤੀ, ਤੁਸੀਂ ਦੇਖਿਆ ਹੋਣਾ ਗਊ ਮਾਤਾ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਖਾਲਿਸਤਾਨੀ ਨਹੀਂ ਹਾਂ। ਸੋ ਸਾਰੇ ਇਸ਼ੂ ਨੂੰ ਡਾਈਵਰਟ ਕਰਨਾ ਚਾਹਿਆ ਲਾਰੈਂਸ ਬਿਸ਼ਨੋਈ ਨੇ। ਇਹ ਹੋ ਸਕਦਾ ਕਿ ਇਹ ਜਿਹੜੀ ਕਿਰਾਇਆ ਹੀ ਸਰਕਾਰਾਂ ਵੱਲੋਂ ਗਿਆ ਹੋਵੇ, ਇੱਕ ਸਪੈਸ਼ਲੀ ਅਰੇਂਜ, ਨਹੀਂ ਤਾਂ ਪੁਲਿਸ ਕਸਟਡੀ 'ਚ ਬੰਦਾ ਹੋਵੇ, ਬੰਦਾ ਰਿਮਾਂਡ 'ਤੇ ਹੋਵੇ, CIA 'ਚ ਹੋਵੇ, ਅਤੇ ਉਹਦੀ ਇੰਟਰਵਿਊ ਹੋ ਜੇ, ਤੁਸੀਂ ਮੈਨੂੰ ਦੱਸ ਦਿਓ ਤੁਸੀਂ ਮਰਨਾ, ਤੁਸੀਂ ਕਿਸੇ ਦੀ ਕਰ ਲਉਂਗੇ? ਇਹ ਸਾਰੇ ਦਾ ਸਾਰਾ ਤਾਣਾ ਬਾਣਾ ਤੁਹਾਨੂੰ ਦੱਸਿਆ ਨਾ, ਤੁਸੀਂ ਆਖਿਆ ਰਣਨੀਤੀ ਕੀ ਹੈ, 2 ਦਿਨਾਂ 'ਚ ਦੱਸਾਂਗੇ ਸਰਕਾਰ ਬਣਨ ਤੋਂ ਬਾਅਦ ਕੀ ਰਣਨੀਤੀ ਸੀ। ਹਾਂਜੀ, ਬਹੁਤ ਵਧਾਈ ਦੇਣਾ ਚਾਹੁੰਦੇ ਹਾਂ ਜੀ, ਬਹਾਲ ਕੀਤਾ ਤਾਂ। ਸਾਨੂੰ ਤਾਂ ਫਿਰ ਹੋਈ ਇਹ ਧੱਕੇਸ਼ਾਹੀ ਤਾਂ ਰੋਜ਼ ਹੋ ਰਹੀ ਹੈ ਜਨਾਬ। ਕੱਲ੍ਹ ਮੈਂ ਅੱਜ ਹੁਣ ਸੜਕ ਦਾ ਉਦਘਾਟਨ ਕਰਕੇ ਆਇਆ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ, ਉਹ ਮੈਨੂੰ ਆਇਆ ਚਿੱਠੀ, ਮੈਂ ਉਦਘਾਟਨ ਕਰਨਾ ਸੀ, ਆਥੋਰਾਈਜ਼ਡ ਮੈਂ। ਕੱਲ੍ਹ ਮਾਣੂ ਕੇ ਬੀਬੀ ਕਰ ਗਈ ਧੱਕੇ ਨਾਲ ਉੱਥੇ, ਅਤੇ ਮੈਂ ਕਿਹਾ ਬੀਬੀ ਜੀ ਜੇ ਇੰਨਾ ਚਾਹ ਸੀ ਮੈਨੂੰ ਦੱਸ ਦਿੰਦੇ, ਮੈਂ ਤੁਹਾਨੂੰ ਆਪ ਨਾਲ ਲਿਆਉਂਦਾ ਜੀ। ਸੋ ਆਈ ਵਿਲ ਨਾਟ ਟੇਕ ਦੈਟ ਐਨੀ ਕ੍ਰੈਡਿਟ, ਮੈਂ ਐਵੇਂ ਫੋਕਾ ਕ੍ਰੈਡਿਟ ਕੋਈ ਨਹੀਂ ਲੈਣਾ ਚਾਹੁੰਦਾ, ਕੰਮ ਕਰਾਂਗੇ ਤਾਂ ਕ੍ਰੈਡਿਟ ਲਾਉਂਗਾ।